ਗੁਰੂ ਨਾਨਕ ਦੇਵ ਜੀ ਸੰਸਾਰ ਦੇ ਇੱਕ ਮਹਾਨ ਰੋਸ਼ਨ ਜਮੀਰ ਘਾਰਮਿਕ ਆਗੂ ਵਿਦਵਾਨ ਅਤੇ ਫਿਲਾਸਫਰ ਸਨ ਜਿਨ੍ਹਾਂ ਦਾ ਅਮਲੀ ਅਤੇ ਸਿੱਖਿਆ ਭਰਪੂਰ ਜੀਵਨ ਸਾਰੀ ਮਨੁੱਖ ਜਾਤੀ ਲਈ ਇੱਕ ਚਾਨਣ ਮੁਨਾਰਾ ਹੈ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਉਹਨਾਂ ਦੀ ਜੀਵਨੀ ਤੇ ਉਦਾਸੀਆਂ ਬਾਰੇ ਚਾਨਣਾ ਪਾਉਣ ਦੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਸਾਰਿਆਂ ਨੂੰ ਜਰੂਰ ਪਸੰਦ ਆਵੇਗੀ 15ਵੀਂ ਸਦੀ ਈਸਵੀ ਵਿੱਚ ਉੱਤਰੀ ਭਾਰਤ ਦੇ ਮੁਸਲਮਾਨਾਂ ਦਾ ਰਾਜ ਸੀ ਉਹਨਾਂ ਨੇ ਭਾਰਤ ਵਿੱਚ ਰਾਜ ਕਰਦਿਆਂ ਲਗਭਗ 500 ਸਾਲ ਹੋ ਗਏ ਸਨ ਭਾਰਤ ਵਰਸ਼ ਦੇ ਹਿੰਦੂਆਂ ਵਿੱਚ ਹੱਦ ਦੀ ਗਰਾਵਟ ਆ ਚੁੱਕੀ ਸੀ ਉਹ ਆਪਣੇ ਧਰਮ ਤੋਂ ਬੇਮੁਖ ਹੋ ਗਏ ਸਨ ਦੇਸ਼ ਦਾ ਰਾਜ ਪ੍ਰਬੰਧ ਇਸਲਾਮੀ ਕਾਨੂੰਨ ਅਨਸਾਰ ਹੋਣ ਕਰਕੇ ਹਿੰਦੂਆਂ ਦੀ ਬੜੀ ਦੁਰਦਸ਼ਾ ਸੀ ਡਰ ਅਤੇ ਸਹਿਮ ਦੇ ਹੋਏ ਨੇ ਉਹਨਾਂ ਨੂੰ ਬਿਲਕੁਲ ਨਕਾਰਾ ਬਣਾ ਦਿੱਤਾ ਸੀ ਭਾਰਤ ਤੇ ਪਈ ਇਸ ਵਿਪਤਾ ਦੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਉਹਨਾਂ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ ਵਿੱਚ ਹੋਇਆ। ਬਾਅਦ ਵਿੱਚ ਇਸ ਸਥਾਨ ਦਾ ਨਾਂ ਗੁਰੂ ਜੀ ਦੇ ਨਾਂ ਤੇ ਨਨਕਾਣਾ ਸਾਹਿਬ ਪੈ ਗਿਆ। ਇਹ ਸਥਾਨ ਹੁਣ ਪੱਛਮੀ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੋਪੁਰਾ ਵਿੱਚ ਹੈ। ਉਹ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹਿਤਾ ਕਲਿਆਨ ਦਾਸ ਸੀ ਪਰ ਉਹਨਾਂ ਨੂੰ ਆਮ ਕਰਕੇ ਮਹਿਤਾ ਕਾਲੂ ਹੀ ਬੁਲਾਇਆ ਜਾਂਦਾ ਸੀ। ਗੁਰੂ ਜੀ ਦੀ ਮਾਤਾ ਤ੍ਰਿਪਤਾ ਜੀ ਬੜੇ ਨੇਕ ਸੁਭਾਅ ਦੇ ਸਨ। ਮਹਿਤਾ ਕਾਲੂ ਬੇਦੀ ਵੰਸ ਦੇ ਖੱਤਰੀ ਸਨ ਅਤੇ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਪਟਵਾਰੀ ਦਾ ਕੰਮ ਕਰਦੇ ਸਨ ਰਾਏ ਬੁਲਾਰ ਦਾ ਮਹਿਤਾ ਕਾਲੂ ਨਾਲ ਖਾਸ ਨੇਸੀ ਪਟਵਾਰੀ ਹੋਣ ਦੇ ਨਾਤੇ ਮਹਿਤਾ ਜੀ ਦਾ ਆਸ-ਪਾਸ ਦੇ ਇਲਾਕੇ ਵਿੱਚ ਬੜਾ ਰਸੂਖ ਸੀ ਗੁਰੂ ਜੀ ਦੇ ਜਨਮ ਤੇ ਘਰ ਵਿੱਚ ਬੜੀ ਖੁਸ਼ੀ ਮਨਾਈ ਗਈ ਅਤੇ ਲੋਕਾਂ ਨੇ ਮਹਿਤਾ ਜੀ ਨੂੰ ਵਧਾਈਆਂ ਦਿੱਤੀਆਂ ਪ੍ਰੋਹਿਤ ਹਰਦੇয়াল ਨੇ ਗੁਰੂ ਜੀ ਦੀ ਜਨਮ ਕੁੰਡਲੀ ਬਣਾਈ ਅਤੇ ਦੱਸਿਆ ਕਿ ਇਹ ਬਾਲਕ ਵੱਡਾ ਹੋ ਕੇ ਇੱਕ ਮਹਾਨ ਹਸਤੀ ਹੋਏਗਾ। ਇਸ ਦਾ ਸਾਰੇ ਸੰਸਾਰ ਵਿੱਚ ਜਸ ਫੈਲੇਗਾ। ਮਹਤਾ ਕਾਲੂ ਅਤੇ ਤ੍ਰਿਪਤਾ ਜੀ ਬੜੇ ਖੁਸ਼ ਸਨ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਰਾਜ ਦਰਬਾਰ ਵਿੱਚ ਚੰਗਾ ਨਾਂ ਖੱਟੇਗਾ ਤੇ ਉਹਨਾਂ ਦੇ ਜੀਵਨ ਦਾ ਆਸਰਾ ਬਣੇਗਾ। ਗੁਰੂ ਜੀ ਦੀ ਜਨਮ ਤੋਂ ਇਹ ਇਲਾਹੀ ਨੂਰ ਦੀ ਇੱਕ ਜੀਵੰਦੀ ਜਾਗਦੀ ਤਸਵੀਰ ਸਨ। ਕਈ ਵੱਡੇ ਵੱਡੇ ਪੀਰ ਫਕੀਰ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਸਨ ਅਤੇ ਆਤਮਿਕ ਖੁਸ਼ੀ ਪ੍ਰਾਪਤ ਕਰਦੇ ਸਨ